ਯਾਨੀ ਕੀ ਕਿੰਨੇ ਕੁ ਪੋਲਿੰਗ ਬੂਥ ਇੱਥੇ ਨੇ ਔਰ ਕਿਸ ਤਰ੍ਹਾਂ ਦੇ ਸੈਂਸਿਟਿਵ ਏਰੀਆ ਜੀ? ਓਵਰਆਲ ਜੀ ਵੀ ਹੈਵ 253 ਪੋਲਿੰਗ ਬੂਥ, ਦੇ ਆਰ ਸਮ ਸੈਂਸਿਟਿਵ ਹਾਈਪਰ ਸੈਂਸਿਟਿਵ, ਉਹ ਡਿਟੇਲ ਅਸੀਂ ਆਲਰੇਡੀ ਪੁਲਿਸ ਦੇ ਨਾਲ ਅਤੇ ਆਪਣੇ ਸੀਨੀਅਰ ਨਾਲ ਡਿਟੇਲ ਡਿਸਕਸ ਕਰ ਚੁੱਕੇ ਹਾਂ ਕਿ ਉੱਥੇ ਐਕਸਟਰਾ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ। ਸਰ ਕਿ ਟੋਟਲ ਕਿੰਨੇ ਕੁ ਹੈਗੇ ਨੇ ਜਿਹੜੇ ਸੈਂਸਿਟਿਵ ਨੇ ਕਾਫੀ ਜਿਹੜੇ, ਔਰ ਫੋਰਸ ਵਗੈਰਾ ਦਾ ਕਿਸ ਤਰ੍ਹਾਂ ਦਾ? ਫੋਰਸ ਤਾਂ ਜੀ ਪੁਲਿਸ ਨਾਲ ਪੂਰਾ ਰਾਬਤਾ ਕਾਇਮ ਕਰਕੇ ਜਿੰਨੇ ਵੀ ਨੋਰਮਸ ਦੇ ਮੁਤਾਬਕ ਫੋਰਸ ਅਸੀਂ ਲਾ ਸਕਦੇ ਹਾਂ ਸਾਰਿਆਂ ਦੇ ਲਾਈ ਹੋਈ ਹੈ। ਇੱਕ ਸਰ ਇੱਕ ਵਿਅਕਤੀ ਵੱਲੋਂ ਦਿੱਤਾ ਗਿਆ ਪੇਪਰ ਦਿੱਤਾ ਗਿਆ ਜਿਹਦੇ ਵਿੱਚ ਲਿਖਿਆ ਗਿਆ ਕਿ ਉਹਨਾਂ ਕੋਲ ਕਾਫੀ ਜਾਨ ਮਾਲ ਦੀ ਵੀ ਖਤਰਾ ਆ, ਔਰ ਲਾਸਟ ਟਾਈਮ 'ਤੇ ਜਿਹੜਾ ਸੀਗਾ ਵੇਰਕੇ ਅਤੇ ਗਨ ਪੁਆਇੰਟ ਵੀ ਰੱਖਿਆ ਗਿਆ, ਉਹਦੇ ਬਾਰੇ ਕੋਈ ਗੱਲਬਾਤ ਹੋਈ ਹੈ ਜੀ? ਇਹਨਾਂ ਦਾ ਜੀ ਅਸੀਂ ਪੁਲਿਸ ਨਾਲ ਇਨਫੋਰਮੇਸ਼ਨ ਸਾਂਝੀ ਕਰ ਲਿੱਤੀ ਗਈ ਆ। ਅਸੀਂ ਉਸ ਸਭ ਨੂੰ ਇਹੀ ਉਮੀਦ ਅਤੇ ਅਪੀਲ ਕਰਦੇ ਹਾਂ ਕਿ ਇਲੈਕਸ਼ਨ ਨੂੰ ਜਿੰਨਾ ਹੋ ਸਕੇ ਸ਼ਾਂਤੀਪੂਰਨ ਤਰੀਕੇ ਨਾਲ ਨਿਭਾਇਆ ਜਾਵੇ। ਸਰ ਬਾਹਰੋਂ ਕੋਈ ਫੋਰਸ ਮੰਗਾਈ ਗਈ ਹੈ ਜੀ? ਇਹ ਜੀ ਇਸਦੇ ਉੱਤੇ ਮੇਰੇ ਖਿਆਲ ਤੋਂ ਪੁਲਿਸ ਕਾਊਂਟਰ ਪਾਰਟਸ ਹੀ ਐਡੀਕੁਏਟ ਕਮੈਂਟ ਕਰ ਸਕਦੇ ਹਾਂ। ਬੈਲਟ ਚੈੱਕ ਕਰਨੇ ਆ ਪਲੱਸ ਆਪਣੀਆਂ ਵੋਟਰ ਲਿਸਟਾਂ ਜਿਹੜੀਆਂ ਚੈੱਕ ਕਰਨੀ ਹੈ। ਮੇਰੀ ਵੱਲ ਧਿਆਨ ਦਿਓ ਸਾਰੇ ਵੀ ਜਿੰਨੇ ਵੀ ਸਟਾਫ ਦੇ ਖਾਸ ਕਰਕੇ ਪ੍ਰੈਜ਼ਾਈਡਿੰਗ ਅਫਸਰ, ਕਿ ਆਪਾਂ ਉਦੋਂ ਵੀ ਗੱਲ ਕੀਤੀ ਸੀ ਕਿਹੜੀਆਂ ਗੱਲਾਂ